ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ SSP ਭਾਗੀਰਥ ਮੀਨਾ ਵੱਲੋਂ ਕੀਤਾ ਗਿਆ ਸਦਰ ਥਾਣਾ ਜੀਰਾ ਦਾ ਉਦਘਾਟਨ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ 3 ਨਵੇਂ ਥਾਣੇ ਬਣ ਰਹੇ ਹਨ। ਇਹਨਾਂ ਥਾਣਿਆਂ ਵਿੱਚ ਵਿਸ਼ੇਸ਼ ਤੌਰ 'ਤੇ ਹਰ ਤਰ੍ਹਾਂ ਦੇ ਕਮਰੇ ਤਿਆਰ ਕੀਤੇ ਗਏ ਹਨ, ਜਿਵੇਂ SHO ਰੂਮ, ਮੁੱਖ ਮੁਨਸ਼ੀ ਰੂਮ, ਮੀਟਿੰਗ ਰੂਮ, CCTV ਕੈਮਰਾ ਰੂਮ, ਤਫਤੀਸ਼ ਰੂਮ, ਦੋਸ਼ੀਆਂ ਵਾਸਤੇ ਹਵਾਲਾਤ, ਵੇਟਿੰਗ ਰੂਮ ਤਿਆਰ ਕੀਤੇ ਗਏ। ਇਸ ਸਮੇਂ DSP ਰਜਵਿੰਦਰ ਸਿੰਘ ਰੰਧਾਵਾ, SPH ਬਲਵੀਰ ਸਿੰਘ, SDM ਰਣਜੀਤ ਸਿੰਘ ਭੁੱਲਰ, SHO ਚਰਨਜੀਤ ਸਿੰਘ ਰੰਧਾਵਾ, SHO ਮੋਹਿਤ, ਧਵਨ ਸਿਟੀ ਜੀਰਾ, ਤਹਿਸੀਲਦਾਰ ਬੇਅੰਤ ਸਿੰਘ ਸੰਧੂ, ਨਾਇਬ ਤਹਿਸੀਲਦਾਰ ਵਿਨੋਦ ਕੁਮਾਰ, ਪੁਲਿਸ ਪਾਰਟੀ ਸਮੇਤ ਮੌਜੂਦ ਰਹੇ। ਸ਼ਹਿਰ ਦੇ ਪਤਵੰਤੇ ਸੱਜਣ ਅਤੇ ਪਿੰਡਾਂ ਦੇ ਸਰਪੰਚ ਅਤੇ ਪੰਚ ਵਿਸ਼ੇਸ਼ ਤੌਰ 'ਤੇ ਪਹੁੰਚੇ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਸਭੀ ਥੋੜ੍ਹਾ ਸਤਰਕ ਰਹੇ, ਪੁਲਿਸ ਹਮੇਸ਼ਾ ਤੁਹਾਡੀ ਸੁਰੱਖਿਆ ਕੇ ਲਈ ਹਾਜ਼ਰ ਹੈਗੀ 24 ਆਵਰਸ, ਲੇਕਿਨ ਕੋਰੋਨਾ ਮਹਾਮਾਰੀ 'ਚ ਅਕੇਲੀ ਪੁਲਿਸ ਜਾਂ ਅਕੇਲਾ ਪ੍ਰਸ਼ਾਸਨ ਨਹੀਂ ਲੜ ਸਕਦਾ, ਜਦ ਤੱਕ ਤੁਸੀਂ ਸਾਨੂੰ ਸਾਥ ਨਹੀਂ ਦਿਓਗੇ। ਸੈਲਫ ਅਵੇਅਰਨੈਸ ਬਹੁਤ ਜ਼ਿਆਦਾ ਜ਼ਰੂਰੀ ਹੈਗੀ, ਜਦੋਂ ਵੀ ਘਰਾਂ ਤੋਂ ਬਾਹਰ ਨਿਕਲੋ ਤੁਸੀਂ ਮਾਸਕ ਪਹਿਨੋ, ਜਿੱਥੇ ਵੀ ਸੋਸ਼ਲ ਗੈਦਰਿੰਗ ਹੁੰਦੀ ਹੈ ਉੱਥੇ ਜੋ ਕੋਰੋਨਾ ਕੇ ਜੋ ਗਾਈਡਲਾਈਨ ਹੈ ਗੌਰਮੈਂਟ ਕੀ, ਉਹਨਾਂ ਦਾ ਪਾਲਨ ਕਰੋ ਔਰ ਹੱਥ ਨੂੰ ਵਾਰ ਸੈਨੀਟਾਈਜ਼ਰ ਨਾਲ ਧੋ। ਸਦਰ ਜ਼ੀਰਾ ਦਾ ਆਪਣਾ ਪੁਲਿਸ ਸਟੇਸ਼ਨ ਹੈ, ਇਹ ਕਾਫੀ ਦੇਰ ਤੋਂ ਬਣ ਰਿਹਾ ਸੀਗਾ ਔਰ ਅੱਜ ਇਸ ਦਾ ਉਦਘਾਟਨ ਕੀਤਾ ਔਰ ਤੁਸੀਂ ਦੇਖਿਆ ਹੀ ਆਪ ਘੁੰਮ ਕੇ ਦੇਖਿਆ ਹੋਣਾ, ਅੰਦਰ ਸਾਰੀਆਂ ਅਤਿ ਆਧੁਨਿਕ ਜੋ ਸਹੂਲਤਾਂ ਨੇ ਉਹ ਇਹਦੇ ਵਿੱਚ ਦਿੱਤੀਆਂ ਗਈਆਂ ਨੇ ਔਰ ਬਹੁਤ ਵਧੀਆ ਇਹਦੀ ਜੋ ਸਾਰੀ ਹੈ ਹੋਈ ਹੈ। ਹਾਂਜੀ, 2 ਹੋਰ ਬਣ ਰਹੇ ਨੇ, 1 ਲੱਖੋਂ ਕੇ ਬਹਿਰਾਮ ਔਰ 1 ਤਲਵੰਡੀ ਭਾਈ 'ਚ, ਉਹ ਵੀ ਜਲਦੀ ਬਣ ਕੇ ਤਿਆਰ ਹੋ ਜਾਣਗੇ।